कोरोना वायरस दे पीड़ता लई होशियारपुर दे सिविल अस्पताल विखे बनाए गए आइसोलेशन वार्ड विच दाखिल मरीजां नूं वधिया पौष्टिक खुराक देण दे नाल नाल उहनां दी हर तरह नाल देखभाल कीती जा रही है, जिस दे नाल उहनां दी सेहत विच वी सुधार हो रहा है, नाल ही उहनां दा मनोबल वी वध रहा है। आइसोलेशन वार्ड दे मरीजां नूं सेहत विभाग होशियारपुर वल्लों दित्ती जा रही सुविधावां ते उहनां लई कीते जा रहे प्रबंध ते सारे बहुत खुश हन। अते इस करके उन्होंने अपनी देखभाल विच लगे सेहत महकमे दे अधिकारियां ते कर्मचारियां दा धन्नवाद कीता है ते नाल ही सेहत विभाग वल्लों कीते गए प्रबंधां दी भी तारीफ कीती है। की नाम तुहाडा? शमिंदर सिंह। तुसी नंदेड़ साहब तो आए? हां जी हां जी, असीं 2 महीने उत्थे सेवा करके आए हां। 4-4 घंटे गुरु ग्रंथ साहिब नूं चौर करदे रहे, 4 घंटे सवेरे 4 घंटे शामी, उस तों बाद दुपहर नूं ਤਪਦੀ ਧੁੱਪ ਵਿੱਚ ਸੱਚਖੰਡ ਸਾਹਿਬ ਜਾਣਾ, 3-3 ਚੱਕਰ ਸੱਚਖੰਡ ਸਾਹਿਬ ਦੇ ਕਿਉਂਕਿ। ਹੁਣ ਤੁਸੀਂ ਇਹ ਦੱਸੋ ਵੀ ਜਿੱਦਣ ਦੇ ਤੁਸੀਂ ਇੱਥੇ ਆਏ ਆ, ਹਾਂਜੀ, ਤੁਹਾਨੂੰ ਦਵਾ ਦਾਰੂ ਰੋਟੀ ਪਾਣੀ ਕਿੱਦਾਂ? ਬਹੁਤ ਸੋਹਣਾ, ਬਹੁਤ ਸੋਹਣਾ ਤੁਹਾਡਾ ਸਟਾਫ ਦਾ ਬਿਹੇਵੀਅਰ ਵੀ ਬਹੁਤ ਸੋਹਣਾ ਆ, ਬਹੁਤ ਸੋਹਣਾ। ਪਰ ਸਾਨੂੰ ਇਹੋ ਚੀਜ਼ ਆ ਵੀ ਜਿਹੜਾ ਸਾਨੂੰ ਲੋਕ ਕੀਤਾ ਉਹਦੀ ਬਾਰੇ ਪ੍ਰੋਬਲਮ ਲੱਗ ਰਹੀ ਵੀ ਅਸੀਂ ਵਾਕ ਵੂਕ ਕਰੀਏ, ਲੰਮੇ ਪੈ ਸਾਨੂੰ ਥੋੜ੍ਹੀ ਜਿਹੀ ਫੇਸ 'ਤੇ ਪ੍ਰੋਬਲਮ ਆ, ਉਹਦੇ ਨਾਲ ਖਾਣਾ ਹਾਜ਼ਮ ਹੋਣ ਦੀ ਪ੍ਰੋਬਲਮ। ਜੇ ਅਸੀਂ ਵਾਕਿੰਗ ਵੂਕਿੰਗ ਕਰਾਂਗੇ ਤਾਂ ਥੋੜ੍ਹਾ ਜਿਹਾ ਸਾਡਾ ਸਿਸਟਮ ਸਹੀ ਹੋਊਗਾ। ਰੋਟੀ ਪਾਣੀ ਕਿੱਦਾਂ ਮਿਲਦਾ? ਰੋਟੀ ਪਾਣੀ ਬਹੁਤ ਵਧੀਆ, ਵੀ ਆਰ ਵੈਰੀ ਹੈਪੀ। ਵਾਹਿਗੁਰੂ ਜੀ ਦਾ ਖਾਲਸਾ, ਵਾਹਿਗੁਰੂ ਜੀ। ਮੇਰਾ ਨਾਮ ਅਮਰਜੀਤ ਸਿੰਘ, ਜ਼ਿਲ੍ਹਾ ਹੁਸ਼ਿਆਰਪੁਰ, ਪਿੰਡ ਪੱਟੀ ਦਾ। ਅੱਛਾ, ਆਪਾਂ ਜਿੱਦਣ ਦੇ ਇੱਥੇ ਆਏ ਹਾਂ ਤੁਹਾਨੂੰ ਕੋਈ ਪ੍ਰੋਬਲਮ ਤਾਂ ਨਹੀਂ, ਕੋਈ ਖਾਣ ਪੀਣ ਦੀ, ਕੋਈ ਰੋਟੀ ਦੀ, ਕੋਈ ਦਵਾਈ ਦੀ? ਨਹੀਂ ਮਹਾਰਾਜ ਜੀ, ਇੰਨੀ ਕਿਰਪਾ ਜੀ, ਬਹੁਤ ਵਧੀਆ ਕਲਗੀਆਂ ਨੇ ਜੀ, ਸਭ ਕੁਛ ਪ੍ਰੋਵਾਈਡ ਕਰਵਾਇਆ ਤੁਸੀਂ, ਬਹੁਤ ਵਧੀਆ ਰੋਟੀ ਪਾਣੀ, ਬਹੁਤ ਵਧੀਆ ਧਿਆਨ ਰੱਖਿਆ ਜਾ ਰਿਹਾ, ਕੋਈ ਇੱਦਾਂ ਦੀ ਦਿੱਕਤ ਨਹੀਂ ਆਈ। ਪੋਜ਼ਿਟਿਵ ਕੇਸ ਆ ਅੰਦਰ ਜਿਹੜੇ ਸਾਡੇ ਕੋਲ ਐਡਮਿਟ ਆ, ਉਹਨਾਂ ਦੀ ਹਾਲਾਤ ਕੀ ਆ ਤੇ ਉਹਨਾਂ ਨੂੰ ਕੀ ਪੂਰਾ, ਉਹਨਾਂ ਦੀ ਪੂਰੀ ਦੇਖਭਾਲ, ਉਹਨਾਂ ਦਵਾਈਆਂ ਦਾ ਕੀ ਸਿਸਟਮ ਹੈ ਆਪਣਾ ਸਾਰਾ? ਉਹ ਗਵਰਨਮੈਂਟ ਦੀਆਂ ਹਦਾਇਤਾਂ ਦੇ ਮੁਤਾਬਕ ਜੋ ਸਾਡੇ ਆਈਸੋਲੇਸ਼ਨ ਫੈਸਿਲਿਟੀਜ਼ ਦੇ ਵਿੱਚ ਪੋਜ਼ਿਟਿਵ ਪੇਸ਼ੈਂਟ ਅਸੀਂ ਰੱਖੇ ਹੋਏ ਹਨ, ਉਹਨਾਂ ਨੂੰ ਬਕਾਇਦਾ ਉਹਨਾਂ ਦਾ ਜੋ ਐਜ਼ ਪਰ ਸਿੰਪਟੋਮੈਟਿਕ ਟ੍ਰੀਟਮੈਂਟ ਜੋ ਹੋਣਾ ਚਾਹੀਦਾ ਉਹ ਹੋ ਰਿਹਾ, ਔਰ ਉਹਨਾਂ ਨੂੰ ਜੋ ਵੀ ਫੂਡ ਦੀ ਜਿਹੜੀ ਹੈ ਕੋਈ ਘਾਟ ਨਹੀਂ ਹੈ, ਔਰ ਤਿੰਨੇ ਟਾਈਮ ਉਹਨਾਂ ਨੂੰ ਖਾਣਾ ਉਹਨਾਂ ਨੂੰ ਮੈਨੂ ਦੇ ਮੁਤਾਬਕ ਜਿਹੜਾ ਹੈਗਾ ਉਹ ਮਿਲ ਰਿਹਾ, ਔਰ ਫਰੂਟਸ ਵਗੈਰਾ ਵੀ ਮਿਲ ਰਹੇ ਹੈ, ਔਰ ਇਸ ਦੇ ਨਾਲ ਨਾਲ ਇਹਨਾਂ ਦੀ ਪੂਰੀ ਜਿਹੜੀ ਹੈ ਜੋ ਵੀ ਇਹਨਾਂ ਦੀ ਕੰਪਲੇਂਟਸ ਹੈ ਉਹ ਐਡਰੈਸ ਕੀਤੀਆਂ ਜਾਂਦੀਆਂ, ਟਾਈਮ ਟੂ ਟਾਈਮ ਐਡਰੈਸ ਕੀਤੀਆਂ ਜਾਂਦੀਆਂ। ਹੁਸ਼ਿਆਰਪੁਰ ਤੋਂ ਗੁਰਦੀਪ ਸਿੰਘ ਦੀ ਰਿਪੋਰਟ, ਲਾਈਵ ਅੰਮ੍ਰਿਤਸਰ। ਸ਼ੰਕਰ ਮਾਲੀ ਰਾਮ ਕੇਡੀਆ ਜੀ ਨੇ ਔਰ ਇੱਕੀ ਫਲੋ ਦੀ ਪੂਰੀ ਟੀਮ ਨੇ ਇਨੀਸ਼ੀਏਟਿਵ ਲਿਆ ਹੈ।